ਉਹਦਾ ਸ਼ਰਾਬ ਪੀਣ ਨੂੰ ਦਿਲ ਕਰ ਬੰਦਾ ਤੇ ਉਹ ਇਨਸਾਨੀ ਰੂਪ ਚ ਆ ਜਾਂਦਾ ਤੇ ਸਰਦਾਰ ਨੇ ਨਾਲ ਬਹਿ ਕੇ ਤੇ ਸ਼ਰਾਬ ਪੀਂਦਾ ਹੀ ਰਹਿੰਦਾ ਪੀਂਦਾ ਹੀ ਰਹਿੰਦਾ ਤੇ ਸਰਦਾਰ ਕਹਿੰਦਾ ਓਏ ਤੈਨੂੰ ਚੜ੍ਹ ਨਹੀਂ ਦੇਈ ਕਹਿੰਦਾ ਮੈਂ ਜੇਨ ਨਾਲ ਕਹਿੰਦਾ ਲੈ ਚੜ੍ਹ ਗਈ ਹਾਂਜੀ ਖਾਨ ਸਾਹਿਬ ਹੁੰਦਾ ਤਾਂ ਚੋਰੀ ਕਰਨ ਚਲ ਜਾਂਦਾ ਅੱਛਾ ਹਲੇ ਹੁੰਦਾ ਕੰਧ ਟੱਪ ਕੇ ਚੋਰੀ ਕਰਨ ਜਾਂਦਾ ਚੋਰੀ ਕਰਕੇ ਫਿਰ ਕੰਧ ਟੱਪ ਰਿਹਾ ਕੋਈ ਕਹਿੰਦਾ ਕੁੰਡਾ ਖੋਲ ਕੇ ਆਏ ਨੇ ਕਹਿੰਦਾ ਠੰਡਾ ਸੀ ਕੁੰਡਾ ਇਹ ਵੀ ਭਾਈ ਚੋਰੀ ਕਰਨ ਗਿਆ ਖਾਨ ਸਾਹਿਬ ਸੀਗਾ ਇਹਨੇ ਐਂ ਕਰਕੇ ਛਾਲ ਮਾਰੀ ਤੇ ਤਬਲੇ ਤੇ ਪੈਰ ਵੱਜ ਗਿਆ ਬੜੀ ਬੁਰੀ ਆਵਾਜ਼ ਹੈ ਚੋਰੀ ਛੱਡ ਕੇ ਨੱਟ ਕਸਣ ਲੱਗ ਗਿਆ ਪੈਰ ਢਿੱਲਾ ਹੋ ਗਿਆ ਹਾਂ ਬਾਈ ਚੱਲ ਆ ਜਾ ਹਾਂ ਭਾਈ ਨਾ ਪਿੰਡ 'ਚ ਚੋਰੀ ਕਰਦੇ ਫੜੇ ਗਏ ਪੂਰਾ ਪਿੰਡ ਇਕੱਠਾ ਹੋ ਗਿਆ ਦਰਖਤ 'ਤੇ ਚੜ੍ਹ ਗਿਆ ਉੱਥੇ ਜਾ ਕੇ ਕਹਿੰਦਾ ਨਹਾ ਜਾਓ ਕਦੀ ਚੋਰ ਨਹੀਂ ਵੇਖਿਆ ਭਾਈ ਦੇ ਘਰੋਂ ਚੋਰ ਸੋਨਾ ਚੁੱਕ ਕੇ ਦੌੜ ਗਿਆ ਤੇ ਉਹਦੇ ਨਾਲ ਦੌੜ ਰਿਹਾ ਕਹਿੰਦਾ ਤੇਰੀ ਮੌਤੋਂ ਜ਼ਿਆਦਾ ਦੌੜ ਵਾਹ ਪਾਨ ਵਾਲੇ ਵੀ ਚਲਾ ਗਿਆ ਕਿੱਥੇ ਪਾਨ ਵਾਲੀ ਦੁਕਾਨ ਤੇ ਕਹਿੰਦਾ ਇੱਕ ਪਾਨ ਲਾਉਂਦਾ ਕਹਿੰਦਾ ਪੱਤੀ ਗੜੀ ਬਣੀ ਕਹਿੰਦਾ ਟਮਾਲ ਦਣ ਦਾ ਟਮਾਲ ਟਮਾਲ ਕਰਨਾ ਭਾਈ ਇਹ ਵੀ ਭਾਈ ਪਾਨ ਸ਼ਾਹ ਓਏ ਸਰਦਾਰ ਟਮਾਲ ਇਹਨਾਂ ਨੇ ਪਾਨਾਂ ਦੀ ਦੁਕਾਨ ਪਾ ਲਈ ਕਹਿੰਦਾ ਦੋ ਪਾਨ ਲਾ ਕੇ ਬੰਦ ਕਰ ਦੇਣੇ ਦੋ ਪਾਨ ਲਾ ਕੇ ਦੁਕਾਨ ਬੰਦ ਕਰਤੀ ਅਸਲਾਮ ਵਾਲੇਕੁਮ ਸਰ ਵਾਲੇਕੁਮ ਸਰ ਮੈਂ ਨਾ ਇੱਕ ਪ੍ਰੋਗਰਾਮ ਜਿੱਦਾਂ ਸ਼ੁਰੂ ਨਹੀਂ ਕੀਤਾ ਅਸਲਾਮ ਵਾਲੇਕੁਮ ਨਾਜ਼ਰੀਨ ਪ੍ਰੋਗਰਾਮ 'ਚ ਖੁਸ਼ ਆਮਦੀ ਦਾ ਸੀ ਅਤੇ ਮੰਡੀ ਕੁਆਟਰ ਖਾਨ ਚੌਕ 'ਚ ਬੈਠੇ ਹਾਂ ਅੱਜ ਅਸੀਂ ਤੇ ਸਾਡੇ ਸ਼ੁਕਰ ਜ਼ਰਾ ਇੱਦਾਂ ਤੁਸੀਂ ਸ਼ੁਰੂ ਕਰਨਾ ਪ੍ਰੋਗਰਾਮ ਨਹੀਂ ਤੁਸੀਂ ਕੈਮਰਾ ਦੇਖ ਕੇ ਨਹੀਂ ਕਰੋ ਅਸੀਂ ਟਰਾਈ ਤਾਂ ਕਰੋ ਨਾ ਸਰ ਟਰਾਈ ਤਾਂ ਕਰੋ ਨਾ ਤੁਸੀਂ ਚਲੋ ਤੁਸੀਂ ਐਂਕਰ ਆ ਉਹ ਸਰ ਤੁਸੀਂ ਕਰਨੀ ਉਹ ਬਾਅਦ 'ਚ ਉਹਦੇ ਕੋਲ ਕਰਾਉਂਦੇ ਤੁਸੀਂ ਪਹਿਲਾਂ ਟਰਾਈ ਕਰੋ ਕਰਨੀ ਕੀ ਹੈ ਇਹਨੂੰ ਇੱਥੇ ਰੱਖ ਕੇ ਬੋਲੋ ਕਰਨੀ ਕੀ ਨਹੀਂ ਟਰਾਈ ਕਰਨੀ ਹੈ ਕਿ ਅਸਲਾਮ ਵਾਲੇਕੁਮ ਉੱਧਰ ਦੇਖ ਨਾ ਅਲੈਟ ਦੇ ਥੋੜ੍ਹਾ ਥੱਲੇ ਅਸਲਾਮ ਵਾਲੇਕੁਮ ਨਾਜ਼ਰੀਨ ਮੈਂ ਤੁਹਾਡਾ ਮੇਜ਼ਬਾਨ ਜੋ ਵੀ ਤੁਹਾਡਾ ਨਾਂ ਉਹ ਦੱਸਣਾ ਠੀਕ ਆ ਜੀ ਅੱਜ ਅਸੀਂ ਹੈਗੇ ਹਾਂ ਫਲਾਂ ਫਲਾਂ ਜਗ੍ਹਾ 'ਤੇ ਜਿਹੜੀ ਤੇ ਅੱਜ ਅਸੀਂ ਰੌਣਕ ਮੇਲਾ ਲਾਇਆ ਰਾਤ ਦੇ ਇਸ ਟਾਈਮ ਅਸੀਂ ਤੁਹਾਨੂੰ ਖੁਸ਼ ਕਰਨ ਲਈ ਹੈ ਜੋ ਇਸ ਮਤਲਬ ਕਾਮੇਡੀ ਸ਼ੋਅ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜਨਾਬ ਐਪ ਭਾਈ ਤੋਂ ਇੱਦਾਂ ਚਲੋ ਚਲੋ ਹਾਂਜੀ ਕਹਿਣਾ ਕੀ ਆ ਸਰ ਤੁਸੀਂ ਇਹ ਤੈਨੂੰ ਉਹ ਕਰਕੇ ਕਹਿਣਾ ਕਿ ਮੇਰਾ ਗੁਰਦਾ ਪੈਣ ਵਾਲਾ ਮੇਰੀ ਅਮਦਾਦ ਬਸ ਨਹੀਂ ਗੱਲ ਕਹਿਣੀ ਨਹੀਂ ਤੁਸੀਂ ਹੋਰ ਵੀ ਗੱਲ ਕਹਿਣੀ ਹੈ ਤੁਸੀਂ ਕਹਿਣਾ ਮੇਰੇ ਚਾਰ ਬੱਚੇ ਨੇ ਯਤੀਮ ਨਹੀਂ ਨਹੀਂ ਮੇਰੀ ਸ਼ਾਦੀ ਨਹੀਂ ਹੋਈ ਸ਼ਾਦੀ ਨਹੀਂ ਹੋਈ ਤਾਂ ਫਿਰ ਯਤੀਮ ਹੀ ਹੋਏ ਨਾ ਸਹੀ ਕਿਹਾ ਮੈਂ ਹਾਂ ਠੀਕ ਹੋਰ ਵੀ ਦੱਸਾਂ ਤੁਸੀਂ ਕੀ ਕਹਿਣਾ ਸਰ ਤੁਸੀਂ ਇੱਧਰ ਨੂੰ ਮੂੰਹ ਕਰਕੇ ਕਹਿਣਾ ਇੱਧਰ ਹੀ ਮੂੰਹ ਹਾਂ ਤੁਸੀਂ ਇੱਧਰ ਨੂੰ ਕਹਿਣਾ ਕਿ ਮੈਂ ਉਦੋਂ ਮੰਡੀ ਕੁਆਟਰ ਆ ਹੈ ਨਹੀਂ ਲਾਮਾ ਅਕਬਾਲ ਕਲੋਨੀ ਹੈ ਮੰਡੀ ਕੁਆਟਰ ਆ ਇਹਦਾ ਨਵਾਂ ਨਾਂ ਲਾਮਾ ਇਕਬਾਲ ਕਲੋਨੀ ਇਹ ਪੁਰਾਣਾ ਹੀ ਹੈ ਅੱਛਾ ਲਾਮਾ ਇਕਬਾਲ ਕਲੋਨੀ ਕਿਉਂ ਇੱਥੇ ਵੀ ਖਾਬ ਦੇਖਦੇ ਲੋਕ ਖਾਬ ਸਾਰੀ ਦੁਨੀਆ ਨਵੇਂ ਪਾਕਿਸਤਾਨ ਲਾਮਾ ਇਕਬਾਲ ਸਾਹਿਬ ਨੇ ਖਾਬ ਦੇਖਿਆ ਸੀ ਨਾ ਇਹ ਖਾਬ ਤੇ ਸਾਰੀ ਦੁਨੀਆ ਲਾਮਾ ਇਕਬਾਲ ਕਲੋਨੀ ਕਿਉਂ ਆ ਮਤਲਬ ਇਹ ਰੱਖੀ ਸੀ ਕਲੋਨੀ ਦਾ ਨਾਂ ਸਲੀ ਨੱਬੇ ਨੇ ਕਿਹਦੇ ਬੈਠੇ ਅੱਛਾ ਸਰ ਚਲੋ ਜ਼ਰਾ ਤੂੰ ਕਵੋ ਤੇ ਸਹੀ ਨਾ ਜ਼ਰਾ ਸੀਰੀਅਸ ਕੀ ਟਰਾਈ ਤੇ ਕਰੋ ਨਾ ਅਸਲਾਮ ਵਾਲੇਕੁਮ ਨਾਜ਼ਰੀਨ ਪ੍ਰੋਗਰਾਮ 'ਚ ਖੁਸ਼ ਆਮਦੀਦ ਮੈਂ ਆ ਨਹੀਂ ਇੰਨੀ ਲੰਬੀ ਨਹੀਂ ਗੱਲ ਚਲੋ ਜਿੰਨੀ ਥੋੜੀ ਚਲੋ ਥੋੜੀ ਕਰ ਲਓ ਠੀਕ ਹੈ ਨਾ ਥੋੜੀ ਜੀ ਕਰ ਲਓ ਚਲੋ ਹਾਂ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਜਾਨੀ ਭਾਈ ਹੈ ਇਹਨੇ ਨਹੀਂ ਨਹੀਂ ਤੁਸੀਂ ਜਾਨੀ ਹੈ ਤੁਸੀਂ ਮੇਜ਼ਬਾਨ ਆ ਚਲੋ ਚਲੋ ਭਾਈ ਨੂੰ ਆਪੇ ਕਹਿਣ ਕੋ ਵੈਸੇ ਲੱਗੇ ਨੇ ਚਲੋ ਉਹ ਕੋਸ਼ਿਸ਼ ਕਰੋ ਪ੍ਰੋਗਰਾਮ ਸ਼ੁਰੂ ਕਰੋ ਚਲੋ ਭਾਈ ਚਲੋ ਜੀ ਅਸਲਾਮ ਵਾਲੇਕੁਮ ਕੁਛ ਕਹਿ ਦਿਓ ਕੁਛ ਕਹਿ ਦਿਓ ਚਲੋ ਉਹ ਯਾਰ ਅਸਲਾਮ ਵਾਲੇਕੁਮ ਨਾਜ਼ਰੀਨ ਪ੍ਰੋਗਰਾਮ 'ਚ ਖੁਸ਼ ਆਮਦੀਦ ਕਵੋ ਮੈਂ ਤੁਹਾਨੂੰ ਕਹਿ ਦਿੱਤਾ ਨਹੀਂ ਮੈਂ ਤੁਹਾਨੂੰ ਕਵਾਉਣਾ ਚਲੋ ਕਵੋ ਅਸਲਾਮ ਵਾਲੇਕੁਮ ਨਾਜ਼ਰੀਨ ਅਸਲਾਮ ਵਾਲੇਕੁਮ ਨਾਜ਼ਰੀਨ ਨਾਜ਼ਰੀਨ ਪ੍ਰੋਗਰਾਮ 'ਚ ਪ੍ਰੋਗਰਾਮ 'ਚ ਖੁਸ਼ ਆਮਦੀਦ ਖੁਸ਼ ਆਮਦੀਦ ਇਸ ਪੂਰੇ ਮੁਹੱਲੇ 'ਚ ਬਸ ਚਲੋ ਭਾਈ ਤੁਸੀਂ ਉੱਧਰ ਮੂੰਹ ਕਰਕੇ ਜ਼ਰਾ ਇੰਟਰੋ ਕਰੋ ਪ੍ਰੋਗਰਾਮ ਦਾ ਸਟਾਰਟ ਅਸਲਾਮ ਵਾਲੇਕੁਮ ਨਾਜ਼ਰੀਨ ਡਾਂਸ ਹੋਣ ਲੱਗਾ ਇੱਥੇ ਅਸਲਾਮ ਵਾਲੇਕੁਮ ਕਾਮੇਡੀ ਪ੍ਰੋਗਰਾਮ ਹੋਣ ਲੱਗਾ ਸਹੀ ਤਰ੍ਹਾਂ ਅਸਲਾਮ ਦੇਖੋ ਤਰ੍ਹਾਂ ਅਸਲਾਮ ਵਾਲੇਕੁਮ ਨਾਜ਼ਰੀਨ ਪ੍ਰੋਗਰਾਮ 'ਚ ਖੁਸ਼ ਆਮਦੀਦ ਅੱਜ ਅਸੀਂ ਇਲਾਕਾ ਤੁਹਾਡਾ ਜਿਹੜਾ ਇਲਾਕਾ ਉਹਦਾ ਨਾਂ ਲੈਣਾ ਇਸ ਇਲਾਕੇ 'ਚ ਔਰ ਅੱਜ ਅਸੀਂ ਸ਼ੁਗਲ ਮੇਲਾ ਲਾਵਾਂਗੇ ਜੁਗਤਾਂ ਤੁਸੀਂ ਸੁਣੋਗੇ ਔਰ ਆਓ ਸ਼ੁਰੂ ਕਰਦੇ ਹਾਂ ਬਸ ਚਲੋ ਚੱਲ ਯਾਰ ਉਹ ਭਾਈ ਇੰਨੀ ਦੇਰ ਚੱਲਾ ਮਾਫੀ ਦੇਵੇ ਰੀਲਾਂ ਮੁੱਕ ਜਾਣੀਆਂ ਕੈਮਰਿਆਂ ਦੀਆਂ ਤੂੰ ਕਿਹਾ ਅਸਲਾਮ ਵਾਲੇਕੁਮ ਯਾਰ ਤੂੰ ਉੱਥੇ ਠਹਿਰ ਜਾਣਾ ਠਹਿਰ ਜਾਣਾ ਮਾਰੇ ਚਲੋ ਭੈਣ ਅਸਲਾਮ ਵਾਲੇਕੁਮ ਨਾਜ਼ਰੀਨ ਉਹ ਲਾਗੇ ਕਰ ਨੂੰ ਯਾਰ ਤੂੰ ਚੰਗਾ ਭਲਾ ਉਹਨਾਂ ਮਾਈਕ ਫੜਦਾ ਤੈਨੂੰ ਕਾਣੋ ਪੈ ਜਾਂਦੀ ਅਸਲਾਮ ਵਾਲੇਕੁਮ ਨਾਜ਼ਰੀਨ ਅਸਲਾਮ ਵਾਲੇਕੁਮ ਨਾਜ਼ਰੀਨ ਆਰਾਮ ਨਾਲ ਇਹਦੇ ਫੜ ਲਾ ਮੈਨੂੰ ਹਾਂਜੀ ਫੜ ਲਾ ਚੱਲ 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 ਅਸਲਾਮ ਵਾਲੇਕੁਮ ਨਾਜ਼ਰੀਨ
मैं आपके इलाके में आया हूँ, आपका मेजबान सनी लामा इकबाल कॉलोनी में आज शुगर मिला लगाएंगे। हाँ चलो ठीक है, तुहाडे बच्चे किन्ने ने? कोई नहीं, कोई नहीं, नहीं जिन्ने है ने उन्हां चो तुहाडा कोई नहीं या वैसे कोई नहीं? नहीं है तो बथेरे उदा कोई नहीं। ਤੁਹਾਡਾ ਕੋਈ ਨਹੀਂ? ਹਾਂ ਮਤਲਬ ਮੱਲੇ ਦੇ ਬੱਚੇ ਬੁੱਚੇ ਸਾਰੇ ਨੇ ਆਂਡੀਆਂ ਗਵਾਂਡੀਆਂ ਦੇ ਯਾਰ ਵਾਲੀ ਹੈ ਨਾ ਇਹ। ਤੁਹਾਡਾ ਕੋਈ ਨਹੀਂ ਤੇ ਜਿਹੜਾ ਤੁਹਾਡਾ ਹਮਸਾਇਆ ਉਹਦਾ ਕੋਈ ਹੈ ਵਿੱਚ? ਨਹੀਂ ਨਹੀਂ ਹਮਸਾਇਆ ਸ਼ਰੀਕ ਗਲੀ ਦੇ ਵਿੱਚ ਉਹਦਾ ਕੋਈ? ਕੋਈ ਨਹੀਂ। ਨਹੀਂ ਅੱਛਾ ਅੱਛਾ ਭੈਣ ਤੁਸੀਂ ਇਸ ਟਾਈਮ ਘਰ ਦੇ ਸ਼ਾਦੀ ਕਿਉਂ ਨਹੀਂ ਕਰਾਈ, ਕੀ ਰੌਲਾ ਤੁਹਾਡਾ? ਸ਼ਾਦੀ ਕਿਉਂ ਨਹੀਂ ਕਰਾਈ? ਸ਼ਾਦੀ ਵੈਸੇ ਨਹੀਂ ਕਰਾਈ। ਇਹ ਜਿਹੜਾ ਵੈਸੇ ਲਫ਼ਜ਼ ਹੁੰਦਾ ਨਾ, ਸ਼ੌਕ ਨਾਲ ਨਹੀਂ ਕਰਾਈ ਸ਼ਾਦੀ, ਸ਼ੌਕ ਨਹੀਂ ਹੈ ਸ਼ਾਦੀ। ਅੱਛਾ ਸ਼ੌਕ ਨਾਲ ਨਹੀਂ ਕਰਾਈ ਸ਼ਾਦੀ, ਇਹ ਕਿਹੜਾ ਸ਼ੌਕ ਹੁੰਦਾ ਸ਼ਾਦੀ ਦਾ? ਬਸ ਵੈਸੇ ਹੀ ਐਵੇਂ, ਬਾਅਦ 'ਚੋਂ ਸ਼ਾਦੀ ਵਾਲੇ ਮੂੰਹ ਦੇਖ ਲਓ। ਨਹੀਂ ਹੈ ਸ਼ਾਦੀ ਵਾਲੇ ਮੂੰਹ ਨਹੀਂ, ਸਾਡੇ ਨਾਲ ਨਾ ਰਲਾ ਹੋ ਗਈ ਹੈ, ਖੁਦਾ ਦਾ ਨਾਂ, ਅੱਲਾ ਮਾਫੀ ਤੇਰੇ ਬਿੱਦ ਵੱਜੀ ਇੱਥੇ ਮਰੇ। ਕਾਦਰੀਨ ਵਕਤ ਆਇਆ ਇੱਕ ਹੈਂਡ ਬ੍ਰੇਕ ਦਾ, ਮਿਲਦੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਓਏ ਮੈਂ ਇੱਕ ਮਿੰਟ ਆਇਆ। ਵੈਲਕਮ ਬੈਕ ਨਾਦਰੀਨ, ਪ੍ਰੋਗਰਾਮ 'ਚ ਦੁਬਾਰਾ ਖੁਸ਼ ਆਮਦੀਦ। ਜਿੱਥੋਂ ਟੁੱਟਾ ਸੀ ਸਿਲਸਿਲਾ ਸਾਡਾ, ਉੱਥੋਂ ਆਪਾਂ ਜੋੜਾਂਗੇ, ਮਾਹੀ ਵੀ ਸਾਨੂੰ ਭੁੱਲ ਨਾ ਜਾਵੀ। ਅੱਛਾ ਭੈਣ ਮੈਨੂੰ ਇੱਥੇ ਮੁਹੱਲੇ 'ਚ ਪਤਾ ਲੱਗਾ ਕਿ ਤੁਸੀਂ ਬਹੁਤ ਅਜ਼ੀਮ ਕਾਮੇਡੀਅਨ ਆ। ਨਹੀਂ ਨਹੀਂ ਭਾਈ, ਝੂਠ ਬੋਲ ਰਿਹਾ ਸੀ, ਵੈਸੇ ਤੁਹਾਡੇ ਸ਼ੁਕਲ ਕਰ ਰਿਹਾ ਸੀ। ਅੱਛਾ ਜੀ, ਹਾਂਜੀ ਭੈਣ ਇਹ ਜੀ ਉਹ ਉਹ ਜੀ ਕਹਿੰਦਾ, ਮੈਂ ਕਿਹਾ ਹਾਂ ਕਿਉਂ ਜੀ? ਕਹਿੰਦਾ ਜੀ ਨਹੀਂ ਭੈਣ ਕੋਈ ਭੈਣ ਨੂੰ ਕੋਈ ਜੁਗਤ ਮਾਰੋ ਅੱਗੇ ਆਦਰਾ ਬੇਟਾ, ਜੁਗਤ ਖਾ। ਪੁਰਾਣਾ ਖੁੱਡਾ ਹੁੰਦਾ ਹੈ, ਪੁਰਾਣਾ ਖੁੱਡਾ ਹੁੰਦਾ, ਇਮਾਨਦਾਰ ਚੋਰ ਹੁੰਦਾ, ਪੰਪ ਲਾ ਕੇ ਨਾ ਤਾਰ ਖਿੱਚ ਲਓ, ਤਿੰਨ ਲੱਤਾਂ ਦਾ ਘੋੜਾ ਹੁੰਦਾ। ਹਾਂ ਭੈਣ ਨੇ ਕਿਹਾ, ਦੋ ਲੱਤਾਂ ਦੀ ਬੱਕੜੀ ਹੁੰਦੀ, ਹਾਂ ਉਹਨਾਂ ਨੇ ਲੱਤਾਂ ਘੱਟ ਕਰ ਲਈ। ਡਿਸਟੈਂਪਰ ਦੀ ਬਾਲਟੀ 'ਚੋਂ 1-2-5 ਨਿਕਲਿਆ ਹੁੰਦਾ, ਡਿਸਟੈਂਪਰ ਦੀ ਬਾਲਟੀ 'ਚੋਂ 1-2-5 ਨਿਕਲਿਆ ਹੁੰਦਾ। ਅੱਛਾ 1-2-5 ਨਿਕਲਿਆ ਹੁੰਦਾ, 1-2-5 ਨਿਕਲਿਆ ਤਾਂ ਭਾਈ ਡਿਸਟੈਂਪਰ ਦੀ ਫੈਕਟਰੀ 'ਚ। ਭੈਣ ਤੁਸੀਂ ਕੀ ਕਰ ਰਹੇ ਇੱਥੇ? ਨਹੀਂ ਮੇਰੀ ਗੱਲ ਸੁਣੋ ਨਾ, ਤੁਸੀਂ ਐਡੇ ਆਰਾਮ ਨਾਲ ਬੈਠੇ, ਤੁਸੀਂ ਕੋਈ ਜੁਗਤ ਮਾਰੋ। ਨਹੀਂ ਪਾਨ ਖਾਣ ਆਇਆ ਸੀ ਮੈਂ, ਜੁਗਤ ਮਾਰ। ਪਾਨ ਤੇ ਤੁਸੀਂ ਖਾ ਲੈਣਾ ਨਾ ਬਾਅਦ ਚ, ਖਾ ਲਿਆ ਐਡਾ ਪਾਨ ਖਾਣ ਆ ਕੇ ਮੇਨ ਤੇ ਮੇਨ ਹੀ ਮੈਂ ਇੱਥੇ ਬੈਠਾ, ਤੁਸੀਂ ਉੱਥੋਂ ਐ ਨੂੰ ਆ ਗਏ ਭੈਣ। ਤੇ ਜਦੋਂ ਤੁਹਾਨੂੰ ਪਤਾ ਮੈਨੂੰ ਨਹੀਂ ਗੱਲ ਆ ਰਹੀ ਤੇ ਉਹਨਾਂ ਨੇ ਪ੍ਰੋਗਰਾਮ ਕਰਨਾ, ਤੁਸੀਂ ਉੱਠ ਜਾਂਦੇ? ਮੈਂ ਉੱਠ ਗਿਆ ਸੀ, ਫਿਰ ਤੁਸੀਂ ਆ ਗਏ, ਮੈਂ ਬੈਠਾ ਜੀ। ਇੱਧਰ ਦੇਖੋ, ਤੁਹਾਨੂੰ ਪਤਾ ਇੰਡੀਆ ਦਾ ਜਿਹੜਾ ਸਦਰ ਮੋਦੀ ਜਿਹੜਾ, ਉਹਨੇ ਕਸ਼ਮੀਰ ਨੂੰ ਕਰ ਦਿੱਤੇ ਨੇ ਤਿੰਨੋਂ ਦੇ ਪਾਰਟੀਸ਼ਨਾਂ ਦੇ ਯੇ ਵੋ ਕਾਫੀ ਇਸ ਟਾਈਮ। ਹਾਂਜੀ ਇੱਧਰ ਦੇਖੋ ਮੇਰੇ ਵੱਲ, ਮੈਂ ਇੱਕ ਮਿਸਾਲ ਆ ਕਿ ਮੈਂ ਮੋਦੀ ਹਾਂ, ਮੈਂ ਕਿੱਦਾਂ ਤੁਹਾਡੇ ਸਾਹਮਣੇ ਆ ਗਿਆ? ਫਿਰ ਤੁਸੀਂ ਚੰਡਾ ਖਾਓਗੇ ਭੈਣ, ਮੋਦੀ ਹੋਏ ਤੇ ਆਵਾਜ਼ ਐਡੀ ਅੱਕੀ ਹੋਈ ਮੋਦੀ ਉਹਨੂੰ। ਭੈਣ ਨੇ ਚੰਡਾ ਨਹੀਂ ਮਾਰਨੀਆਂ, ਇੱਕ ਗੱਲ ਕਰਨੀ ਹੈ ਕੋਈ, ਮਤਲਬ ਇਹ ਤੁਸੀਂ, ਮੈਂ ਤੁਹਾਡੇ ਸਾਹਮਣੇ ਆ ਗਿਆ ਹੁਣ, ਫਸਟ ਗੱਲ, ਇੱਕ ਮਿਸਾਲ ਮੋਦੀ ਤੁਹਾਡੇ ਸਾਹਮਣੇ ਆ ਗਿਆ, ਫਸਟ ਗੱਲ ਉਹਨੂੰ ਕੀ ਕਹੋਗੇ? ਗਾਲ ਤੋਂ ਇਲਾਵਾ, ਗਾਲ ਤੋਂ ਇਲਾਵਾ, ਹਾਂ ਫਸਟ ਗੱਲ ਉਹਨੂੰ ਕੀ ਕਹੋਗੇ ਖਿੱਚ ਕੇ ਵੀ ਇੱਦਾਂ ਦੀ ਕੋਈ? ਹਾਂਜੀ ਜਿੱਦਾਂ ਹੀ ਤੁਹਾਡੀ ਤਬੀਅਤ ਹੋਈ, ਤੁਸੀਂ ਤਾਂ ਲੱਗਦਾ ਮੋਦੀ ਸਾਹਮਣੇ ਆ, ਤੁਸੀਂ ਕਹਿਣਾ ਭੈਣ ਫੋਨ 'ਤੇ ਕਰ ਦਿੰਦੇ, ਮੈਂ ਤੁਹਾਨੂੰ ਅੱਡੇ 'ਤੇ ਲੈਣ ਆ ਜਾਂਦਾ, ਜਿੱਦਾਂ ਹੀ ਤੁਹਾਡੀ ਨਰਮ ਤਬੀਅਤ ਹੋਈ। ਨਹੀਂ ਸੱਤ ਜੁੱਤੀਆਂ ਫੜ ਕੇ ਤਾਂ ਹਾਰ ਬਣਾ ਕੇ ਉਹਨੂੰ ਪਾ ਦਾਂਗੇ। ਅੱਛਾ ਜੀ ਭੈਣ, ਤੁਹਾਡੇ ਸਾਹਮਣੇ ਇੱਕਦਮ ਮੋਦੀ ਆ ਗਿਆ, ਕੀ ਕਹੋਗੇ ਉਹਨੂੰ? ਇੱਕੋ ਹੀ ਪਹਿਲੀ ਲੈਣ ਨਹੀਂ ਕਹਿਣਾ, ਮੂੰਹ ਦੱਸ। ਆ ਦੇਖੋ ਸਾਡੀ ਨਾ ਸਾਡੀ ਆਵਾਮ ਦੇ ਜਜ਼ਬਾਤ ਦੇਖੋ, ਕਿ ਕਹਿੰਦੇ ਕਹਿਣਾ ਕੁਛ ਨਹੀਂ, ਸਿੱਧਾ ਲਪੇਟੂ, ਕੀ ਕਹਿਣਾ? ਕੀ ਨਾਂ ਤੁਹਾਡਾ? ਵਸੀਮ। ਹੈ ਵਸੀਮ? ਵਸੀਮ ਹਾਂਜੀ, ਤੁਹਾਡਾ ਨਾਂ ਕੀ? ਪਛਾਣਿਆ ਨਹੀਂ ਤੁਹਾਨੂੰ? ਭੈਣ ਮੈਂ ਪਹਿਲੇ ਮੇਰੀ ਗੱਲ ਸੁਣੋ ਨਾ, ਤੁਸੀਂ ਵਸੀਮ ਕਿਹਾ ਨਾ, ਤੁਹਾਡੇ ਮੂੰਹ ਵਸੀਮ ਨਿਕਲ ਨਹੀਂ ਰਿਹਾ ਸਹੀ। ਵਸੀਮ ਨਹੀਂ ਸਰ, ਮੇਰਾ ਨਾਂ ਮੈਨੂੰ ਪੁੱਛੋ, ਹੁਣ ਮੇਰਾ ਨਾਂ ਵਸੀਮ ਆ, ਪੁੱਛੋ ਤੁਹਾਡਾ ਨਾਂ ਕੀ? ਤੁਹਾਡਾ ਨਾਂ ਕੀ? ਵਸੀਮ। ਮੈਂ ਤੁਹਾਨੂੰ ਪੁੱਛ ਰਿਹਾ, ਨਹੀਂ ਇੱਕ ਮਿੰਟ, ਮੈਂ ਤੁਹਾਨੂੰ ਪੁੱਛਿਆ ਤੁਹਾਡਾ ਨਾਂ ਕੀ? ਤੁਸੀਂ ਕੋਈ ਐਸਾ ਨਾਂ ਰੱਖ ਲਓ ਜਿਹੜਾ ਜਿਹੜਾ ਜ਼ਰਾ ਜਿਹਦੀ ਤਸੀਰ ਥੋੜ੍ਹੀ ਹਲਕੀ ਹੋਵੇ। ਬੱਗੂ। ਹੈਂ ਬੱਗੂ? ਤੁਹਾਡਾ ਨਾਂ ਹੋਣਾ ਚਾਹੀਦਾ ਟਿਊ ਪੀ, ਬਸ ਇੱਦਾਂ ਦਾ, ਇੰਨਾ ਕੁ ਨਾਂ ਹੋਣਾ ਚਾਹੀਦਾ ਤੁਹਾਡਾ ਨਾਂ ਹੋਣਾ ਚਾਹੀਦਾ ਬਸ, ਮਤਲਬ ਬਿਲਕੁਲ ਇੰਨਾ ਦਾ ਚੀ ਤੁਹਾਡੀ ਸਿਹਤ ਦੇ ਹਿਸਾਬ ਨਾਲ ਕੁਛ ਘੁਮਾਉਣਾ ਚਾਹੀਦਾ। ਮੇਰਾ ਨਾਂ
ਕੱਛੂ ਘੁੰਮਾ ਤੁਹਾਡਾ ਮੂੰਹ ਦੇਖ ਕੇ ਯਕੀਨ ਕਰੋ ਲੱਗ ਰਿਹਾ ਤੁਹਾਨੂੰ ਵੱਡੀ ਜੀ ਕੋਈ ਜੁਗਤ ਮਾਰਾਂ ਮਾਰੋ ਸਰ ਮੈਂ ਤਾਂ ਕਹਿ ਰਿਹਾ ਮੈਂ ਤਾਂ ਤਰਸ ਰਿਹਾ ਹੈਲੀਕਾਪਟਰ ਨਾਲ ਬਰਾਤ ਲੁੱਟੀ ਹੁੰਦੀ ਹੈਲੀਕਾਪਟਰ ਨਾਲ ਬਰਾਤ ਲੁੱਟੀ ਹੁੰਦੀ ਹਾਂ ਵਾਹ ਵਾਹ ਸਹੀ ਗੱਲ ਗੁੱਜਰ ਦਾ ਪੈਰ ਹੁੰਦਾ ਐਡਾ ਵੱਡਾ ਹੁਣ ਜੋ ਹਾਸਾ ਰਿਹਾ ਮੇਰੀ ਵਾਰੀ ਮਰੇ ਤੈਨੂੰ ਬਾਸੀਆਂ ਹੁੰਦੀਆਂ ਹੁਣ ਅੱਗੇ ਤੇਰੀ ਲੋੜ ਆਈ ਅੱਗੇ ਆ ਚੱਲ ਜੁਗਤਾਂ ਕਰ ਭਾਈ ਤੁਹਾਨੂੰ ਭੈਣੇ ਨੂੰ ਕਰਨਾ ਤੂੰ ਮੈਨੂੰ ਕਰੀ ਜਾਣੇ ਤੇ ਤੂੰ ਮੈਨੂੰ ਕਰੀ ਜਾ ਹੈ ਚਲੋ ਭੈਣ ਭੈਣ ਤੁਹਾਡਾ ਨਾ ਮੈਨੂੰ ਅਜੀਬ ਜਿਹਾ ਮੂੰਹ ਲੱਗ ਰਿਹਾ ਪਤਾ ਕੀ ਮੈਂ ਨਾ ਐਕਸੈਪਟ ਨਹੀਂ ਕਰ ਪਾ ਰਹੀਆਂ ਮੇਰੀਆਂ ਅੱਖਾਂ ਕਿ ਇਹ ਵੀ ਇਨਸਾਨ ਆ ਯਕੀਨ ਕਰੋ ਮੈਨੂੰ ਨਾ ਕੋਈ ਚੇਂਜਿੰਗ ਨਜ਼ਰ ਆ ਰਹੀ ਹੈ ਮੈਨੂੰ ਤੁਹਾਡੇ 'ਚ ਲੱਗਣ ਲਈ ਚੇਂਜਿੰਗ ਹਾਂ ਮੇਰੀ ਚੇਂਜਿੰਗ ਜਾ ਰਹੀ ਹੈ ਇੰਨੇ ਮਤਲਬ ਕੋਝਿਆਂ 'ਚ ਇੱਕ ਬੰਦਾ ਸੋਹਣਾ ਬੈਠਾ ਚੇਂਜਿੰਗ 'ਚ ਲੱਗਣੀ ਲੇਕਿਨ ਤੁਹਾਡਾ ਦੇਖੋ ਨਾ ਕੈਸਾ ਕਸਮੇ ਆਪਣੇ ਘਰਦਿਆਂ ਨੂੰ ਕਹਿੰਦਾ ਮੈਂ ਤੁਹਾਨੂੰ ਜਾਦੂ ਕਰਕੇ ਦਿਖਾਉਣਾ ਦਾਬੜੇ 'ਚ ਲਾ ਕੇ ਰੱਖ ਕਹਿੰਦਾ ਮੈਨੂੰ ਕੱਛੂ ਕੁਮਾ ਕਹੋ ਉਹ ਹੱਸੇ ਨਹੀਂ ਉਹਨਾਂ ਨੇ ਇਹਨੂੰ ਮਾਰਿਆ ਕਿਉਂਕਿ ਦਾਬੜੇ 'ਚ ਲੱਕ ਫਸ ਗਏ ਅਸੀਂ ਅੱਛਾ ਮੈਂ ਕਿਹਾ ਪਤਾ ਨਹੀਂ ਪਹਿਲੇ ਮੁੱਕੀ ਆ ਫਿਰ ਅੱਗੋਂ ਮੈਂ ਕਿਹਾ ਸ਼ਾਇਦ ਹੁਣ ਮੁੱਕੀ ਆ ਹੈ ਮੈਂ ਕਿਹਾ ਪਤਾ ਨਹੀਂ ਕਦੋਂ ਮੁੱਕਣੀ ਆ ਅੱਛਾ ਐਂਡੇ ਹੁਣ ਮੁੱਕ ਗਈ ਆ ਹਾਂਜੀ ਮੁੱਕ ਗਈ ਚਲੋ ਅੱਲਾ ਖੈਰ ਕਰੇ ਅੱਛਾ ਉਹ ਉੱਪਰ ਹੁੰਦਾ ਇੰਜ ਕਰਕੇ ਦਾਬੜਾ ਜਦੋਂ ਮੈਂ ਵਿੱਚ ਬਹਿਣਾ ਤਾਂ ਉੱਥੇ ਪੁੱਠਾ ਬਹਿ ਗਏ ਨਾ ਅੱਛਾ ਹਾਂ ਤੁਸੀਂ ਕਹੋ ਦਾਬੜੇ 'ਚ ਬਹਿ ਕੇ ਨਾ ਤਾਂ ਪੁੱਠਾ ਹੋ ਗਿਆ ਅਤੇ ਫੇਰ ਕਹਿੰਦਾ ਮੈਨੂੰ ਕੱਛੂ ਕੋਮਾ ਕਹੋ ਪਤਾ ਕੀ ਗੱਲ ਜਿਹੜੀ ਸਹੀ ਕਰਨੀ ਚਾਹੀਦੀ ਹੈ ਐਵੇਂ ਵਿੱਚ ਰੌਲਾ ਨਹੀਂ ਪਾਉਣਾ ਚਾਹੀਦਾ ਅੱਛਾ ਹਾਂਜੀ ਅੱਛਾ ਯਾਰ ਇਹਨਾਂ ਦੋਵਾਂ ਦਾ ਮੂੰਹ ਦੇਖੋ ਨਾ ਮਤਲਬ ਯਤੀਮ ਅਸਮਾਨ ਦਾ ਫਰਕ ਆ।